ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਮਾਨਕੁਤ ਅੱਜ ਦੀ ਇਸ ਵੀਡੀਓ ਸਪੈਸ਼ਲ ਡਿਮਾਂਡ ਦੇ ਉੱਤੇ ਤਿਆਰ ਕਰੀਏ ਕੈਨੇਡਾ ਦੇ ਵਿੱਚ ਜਿਹੜੇ ਵਾਸਤੇ ਵੀਰ ਨੇ ਉਹਨਾਂ ਦੀ ਡਿਮਾਂਡ ਸੀ ਕਿ ਜਿਹੜੀ ਜੱਸਰ ਸਟਾਈਲ ਟਰਬਾਨ ਹੈ ਉਸ ਦੇ ਉੱਪਰ ਜੋ ਹੈ ਵੀਡੀਓ ਬਣਾਈ ਜਾਵੇ ਉਹਨਾਂ ਵੀਰਾਂ ਦੀ ਡਿਮਾਂਡ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਦੀ ਇਸ ਵੀਡੀਓ ਦਾ ਜੋ ਹੈ ਟੋਪਿਕ ਕਵਰ ਕਰਿਆ ਹੈ ਉਮੀਦ ਕਰਾਂਗੇ ਵੀਡੀਓ ਤੁਹਾਨੂੰ ਪਸੰਦ ਆਏਗੀ ਜਿਹੜੇ ਵੀਰ ਚੈਨਲ ਦੇ ਨਾਲ ਨਵੇਂ ਜੁੜੇ ਨੇ ਵੀਡੀਓ ਨੂੰ ਪੂਰਾ ਦੇਖਣ ਦੇ ਬਾਅਦ ਚੈਨਲ ਨੂੰ ਜੋ ਹੈ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਕਦੇ ਆ ਜੋ ਅਸੀਂ ਪੱਗ ਦੀ ਸ਼ੁਰੂਆਤ ਕਰਾਂਗੇ ਤੇ ਜਿਹੜਾ ਲਾੜੇ ਖੱਬੀ ਸਾਈਡ ਤੋਂ ਮੂਹ ਦੇ ਵਿੱਚ ਰੱਖਦੇ ਆ ਸਿਰ ਦੇ ਜੋ ਹੈ ਸੈਂਟਰ ਤੋਂ ਪੱਲੇ ਨੂੰ ਲੈ ਕੇ ਆਵਾਂਗੇ ਜਿਹੜੇ ਕੈਨੇਡੀਅਨ ਲੜ ਨੇ ਜਾਂ ਕੈਨੇਡੀਅਨ ਪੰਜਾਬੀ ਨੇ ਉਹਨਾਂ ਦੀ ਡਿਮਾਂਡ ਸੀ ਕਿ ਜਿਹੜੀ ਜਸਰ ਸਟਾਈਲ ਟਰਬਨ ਹੈ ਉਸ ਨੂੰ ਲੈ ਕੇ ਆਇਆ ਜਾਵੇ ਤਰਸੀਮ ਜਸਰ ਸਟਾਈਲ ਜਿਹੜੀ ਵੱਟਾਂ ਵਾਲੀ ਪੱਗ ਹੈ ਉਸ ਨੂੰ ਅੱਜ ਦੀ ਵੀਡੀਓ ਵਿੱਚ ਕਵਰ ਕਰਾਂਗੇ ਪਹਿਲਾ ਲਾੜੇ ਜਿਹੜਾ ਗੌਰ ਦੇ ਨਾਲ ਦੇਖਣਾ ਕਿ ਕਿਵੇਂ ਲਗਾਉਣਾ ਹੈ ਪਹਿਲੇ ਲੜ ਤੇ ਅਖੀਰਲੇ ਲੜ ਦੇ ਵਿੱਚ ਕਪੜਾ ਕੱਟੌਣ ਕਰਕੇ ਜਿਹੜੇ ਵੱਟ ਆ ਇਸ ਦੇ ਵਿੱਚ ਜਿਆਦਾ ਨਹੀਂ ਪੈਂਦੇ ਇਸ ਕਰਕੇ ਜਿਹੜਾ ਪਹਿਲਾ ਲੜ ਹੈ ਉਸ ਦੇ ਵਿੱਚ ਵੱਟ ਕਿਵੇਂ ਪਾਉਣੇ ਇਹੜਾ ਲੜੇ ਲਾੜੇ ਲੋਂਦਾ ਤਰੀਕਾ ਇਸ ਦੇ ਨਾਲ ਜਿਹੜਾ ਲੜਾ ਤੜ ਤਿਲਕੇਗਾ ਵੀ ਨਹੀਂ ਕਿ ਜਿਹੜਾ ਅੱਖ ਤੋਂ ਉੱਪਰ ਪੱਲਾ ਚੱਕਾ ਜਾਂਦਾ ਉਹ ਵੀ ਪੱਲਾ ਉੱਪਰ ਨੂੰ ਨਹੀਂ ਜਾਏਗਾ ਇਸ ਤਰੀਕੇ ਦੇ ਨਾਲ ਦੇਖੋ ਜੀ ਜਿਹੜੇ ਵਟ ਆ ਉਹ ਥੱਲੇ ਨੂੰ ਖਿੱਚ ਕੇ ਲੈ ਕੇ ਆਉਣੇ ਨੇ ਅੱਖਾਂ ਵਾਲੀ ਸਾਈਡ ਨੂੰ ਇਸ ਤਰੀਕੇ ਦੇ ਨਾਲ ਪਿੰਚ ਕਰਕੇ ਪਹਿਲੇ ਪੱਲੇ ਦੇ ਵਿੱਚ ਸਿਰਫ ਦੋ ਜਾਂ ਤਿੰਨ ਵਾਰਟੀ ਪਾਉਣੇ ਹੁੰਦੇ ਨੇ ਇਸ ਤੋਂ ਜ਼ਿਆਦਾ ਵਟ ਨਹੀਂ ਪਾਉਣੇ ਹੁੰਦੇ ਕਿਉਂਕਿ ਜਿਹੜਾ ਪਹਿਲਾ ਪੱਲਾ ਤੇ ਦੂਸਰਾ ਪੱਲਾ ਇਸ ਦੇ ਵਿੱਚ ਗੈਪ ਜਿਹੜਾ ਜ਼ਿਆਦਾ ਨਹੀਂ ਹੁੰਦਾ ਸਿਰਫ ਇੱਕ ਉਂਗਲ ਦਾ ਗੈਪ ਹੁੰਦਾ ਹੈ ਇਸ ਕਰਕੇ ਜਿਹੜਾ ਇੱਕ ਉਂਗਲ ਦੇ ਵਿੱਚ ਜਿੰਨੇ ਕ ਵਟ ਦਿਖਾਈ ਦੇਣ ਉਨੇ ਕ ਵਟ ਪਾਉਣੇ ਹੁੰਦੇ ਨੇ ਇਸ ਵਿੱਚ ਇਸ ਕਰਕੇ ਜਿਹੜੇ 2 ਵਟ ਪਾ ਲਏ ਆਪਾਂ ਇਸ ਪੱਲੇ ਦੇ ਵਿੱਚ ਤੁਸੀਂ ਵੀ ਕੋਸ਼ਿਸ਼ ਇਹ ਹੀ ਕਰਨੀ ਕਿ 2 ਵਟ ਪਾਉਣੇ ਨੇ ਜੇ ਜ਼ਿਆਦਾ ਵਟ ਪਾਉਣਾ ਚਾਹੋ ਤਾਂ ਤੁਸੀਂ ਤੇ ਜਿਹੜੇ 3 ਵਟ ਪਾ ਸਕਦੇ ਨੇ ਬੈਕ ਸਾਈਡ ਤੇ ਵੀ ਇਸੇ ਤਰੀਕੇ ਨਾਲ ਪਿੰਚ ਲਗਾ ਲੈਣਾ ਹੈ ਰੀੜ ਦੀ ਹੱਡੀ ਦੇ ਉੱਪਰ ਪੱਗ ਦੀ ਪਉਣੀ ਦਾ ਲਿੰਕ ਜੋ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉੱਥੇ ਦੇਖ ਸਕਦੇ ਹੋ ਤੁਸੀਂ ਜਾ ਕੇ ਹੁਣ ਦੇਖੋ ਸੱਜੀ ਸਾਈਡ ਤੋਂ ਇਸ ਤਰੀਕੇ ਨਾਲ ਪਉਣੀ ਨੂੰ ਖੋਲ ਲੈਣਾ ਅੰਦਰ ਵਾਲੀ ਸਾਈਡ ਜਿਹੜੀ ਪਉਣੀ ਉਹ ਘੱਟ ਖੋਲਣੀ ਹੈ ਬਾਹਰ ਵਾਲੀ ਜਿਹੜੀ ਪਉਣੀ 4 ਉਂਗਲਾਂ ਵੱਧ ਖੋਲਣੀ ਹੈ ਇਸ ਇਸ ਦੇ ਨਾਲ ਕੀ ਹੈ ਕਿ ਜਿਹੜੇ ਵਟਾਂ ਵਾਲੀ ਸਾਈਡ ਤੇ ਇਹ ਕੱਪੜਾ ਘਟ ਜਾਂਦਾ ਹੈ ਪਤਲਾ ਜਾਂਦਾ ਹੈ ਤੇ ਉਸ ਦੇ ਨਾਲ ਜਿਹੜੇ ਵਟ ਵਧੀਆ ਪੈਂਦੇ ਨੇ ਜਿਨ੍ਹਾਂ ਨੇ ਪੱਗ ਦੀ ਪੂਣੀ ਦੀ ਵਰਤੋਂ ਕਰਨੀ ਨਹੀਂ ਆਉਂਦੀ ਕਿ ਪੱਗ ਦੀ ਪੂਣੀ ਦੀ ਵਰਤੋਂ ਕਿਵੇਂ ਕਰਨੀ ਹੈ ਵਟਾਂ ਵਾਲੀ ਪੱਗ ਬੰਨ੍ਹਦੇ ਸਮੇਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਦਾ ਲਿੰਕ ਵੀ ਮਿਲ ਜਾਏਗਾ ਉਹ ਵੀ ਦੇਖ ਲੈਣਾ ਕਿ ਹਾਊ ਟੂ ਯੂਜ਼ ਅ ਪੱਗ ਦੀ ਪੂਣੀ ਵਾਈਲ ਟਾਈਂਗ ਤਰਬਨ ਹੁਣ ਦੇਖੋ ਪਿੰਚ ਕਿੱਥੇ ਲੱਗਣਾ ਹੈ ਇਸ ਜਗ੍ਹਾ ਤੇ ਪਿੰਚ ਲਗਾਵਾਂਗੇ ਜੀ ਸੱਜੀ ਅੱਖ ਦੇ ਉੱਪਰ ਜਿੱਥੇ ਪੱਲਾ ਲੱਗਾ ਹੈ ਉਸ ਤੋਂ ਇੱਕ ਉਂਗਲ ਉੱਚਾ ਪਿੰਚ ਲੱਗੇਗਾ ਪਿੰਚ ਲਗਾਉਣ ਦਾ ਤਰੀਕਾ ਵੀ ਕਾਫੀ ਆ ਗੋਥੇ ਦੇ ਵਿੱਚ ਲੀ ਉਂਗਲ ਦੀ ਵਰਤੋਂ ਦੇ ਨਾਲ ਪੱਲੇ ਨੂੰ ਉੱਪਰ ਚੁੱਕ ਦੇਣਾ ਹੈ ਤੇ ਜਿੱਥੇ ਪੈਂਚ ਲਗਾਉਣਾ ਉਹ ਵਾਲੀ ਜਗ੍ਹਾ ਤੇ ਰੱਖ ਕੇ ਪੱਲੇ ਨੂੰ ਸਿਰਫ ਜਿਹੜਾ ਹੈ ਦੇਖੋ ਇਸ ਤਰੀਕੇ ਦੇ ਨਾਲ ਇੱਕ ਉਂਗਲ ਦੇ ਫਰਕ ਤੋਂ ਰੱਖ ਦੇਣਾ ਹੈ ਪੱਲੇ ਨੂੰ ਸਿਰਫ ਹੁਣ ਜਿਹੜੇ ਆ ਵਟਾਂ ਉਹਨਾਂ ਨੂੰ ਜੋ ਫਰੋਲ ਕੇ ਰੱਖਣਾ ਹੈ ਕਈ ਵੀਰ ਕੀ ਕਰ ਦਿੰਦੇ ਨੇ ਜਿ ਕਿ ਜਿਹੜੇ ਵਟ ਤੇ ਉਹ ਉਹ ਤੇ ਪਾ ਲੈਂਦੇ ਨੇ ਪੱਲੇ ਦੇ ਵਿੱਚ ਪਰ ਜਿਹੜੇ ਉਹਨਾਂ ਨੂੰ ਫਰੋਲ ਦੇਣੀ ਹੈ ਜਦੋਂ ਤੱਕ ਤੁਸੀਂ ਇਹਨਾਂ ਵਟਾਂ ਨੂੰ ਫਰੋਲੋਗੇ ਨਹੀਂ ਉਦੋਂ ਤੱਕ ਜਿਹੜੇ ਤੁਹਾਡੇ ਵਟ ਪ੍ਰੋਪਰਲੀ ਦਿਖਣਗੇ ਨਹੀਂ ਪੱਗ ਮੰਨਣ ਤੋਂ ਬਾਅਦ ਕਿਉਂਕਿ ਕਿਉਂਕਿ ਜਿਹੜੇ ਟਾਈਟ ਵਟ ਹੁੰਦੇ ਨੇ ਉਹ ਜਦੋਂ ਪੱਗ ਦੱਬੇ ਜਾਂਦੇ ਨੇ ਵਟੋ ਵਾਲੇ ਤੇ ਉਹ ਦਿਖਾਈ ਨਹੀਂ ਦਿੰਦੇ ਇਸ ਕਰਕੇ ਉਹਨਾਂ ਨੂੰ ਦਿਖਾਈ ਦੇਣ ਵਾਸਤੇ ਜਿਹੜੇ ਵਟ ਹਨ ਉਹਨਾਂ ਨੂੰ ਫਰੋਲਣਾ ਲਾਜ਼ਮੀ ਹੁੰਦਾ ਹੈ ਹੁਣ ਫਿਰ ਤੋਂ ਇਸੇ ਤਰੀਕੇ ਦੇ ਨਾਲ ਸੱਜੀ ਸਾਈਡ ਤੋਂ ਦੇਖੋ ਪੂਣੀ ਹੈ ਉਸ ਨੂੰ ਬਾਹਰ ਵਾਲੀ ਸਾਈਡ ਨੂੰ ਜਿਹੜਾ ਵੱਧ ਖੋਲ ਕੇ ਰੱਖਣਾ ਹੈ ਬਾਹਰ ਵਾਲੀ ਸਾਈਡ ਜਿਹੜੀ ਜ਼ਿਆਦਾ ਖੋਲ ਕੇ ਰੱਖਣ ਦਾ ਫਾਇਦਾ ਇਹ ਹੀ ਹੁੰਦਾ ਹੈ ਕਿ ਜਿਹੜੀ ਹੈ ਤੁਹਾਡੀ ਜਿਹੜੀ ਪਿੰਚ ਲਗਾਉਣ ਦੇ ਬਾਅਦ ਜਿਹੜਾ ਖੱਬੀ ਸਾਈਡ ਤੇ ਕੱਪੜਾ ਜਾਂਦਾ ਹੈ ਵਟਾਲੀ ਸਾਈਡ ਤੇ ਉਹੜਾ ਕੱਪੜਾ ਜਿਹੜਾ ਸਹੀ ਜਾਂਦਾ ਤੇ ਉਸ ਦੇ ਨਾਲ ਜਿਹੜੇ ਵਾਟੇ ਉਹ ਜ਼ਿਆਦਾ ਪੈ ਜਾਂਦੇ ਨੇ ਤੇ ਪੂਣੀ ਜਿਹੜੀ ਦੇਖੋ ਸੱਜੀ ਸਾਈਡ ਤੋਂ ਜੇ ਆਪਾਂ ਪੂਰੀ ਨਹੀਂ ਖੋਲੀ ਕੰਨ ਦੇ ਉੱਪਰ ਹੀ ਰੱਖੀਏ ਤੇ ਉੱਪਰਲੀ ਸਾਈਡ ਤੋਂ ਜਿਹੜਾ 2 ਉਂਗਲਾਂ ਦਾ ਗੈਪ ਰੱਖਦੇ ਹੋਏ ਥੱਲੇ ਨੂੰ ਲੈ ਕੇ ਆਉਣਾ ਹੈ ਪੱਲੇ ਨੂੰ ਕਿਉਂਕਿ ਜਿਹੜੇ ਪਟਿਆਲਾ ਲੁੱਕ ਦੇਣੀ ਹੈ ਪੱਗ ਦੇ ਵਿੱਚ ਆਪਾਂ ਪਟਿਆਲਾ ਸ਼ਾਹੀ ਪੱਗ ਜਿਹੜੀ ਹੁੰਦੀ ਹੈ ਵਟਾਂ ਵਾਲੀ ਉਸ ਤਰੀਕੇ ਦੀ ਜਿਹੜੀ ਪੱਗ ਆਪਾਂ ਬਣ ਰਹੇ ਆ ਇਸ ਕਰਕੇ ਜਿਹੜੀ ਉੱਪਰਲੀ ਸਾਈਡ ਤੇ 2 ਉਂਗਲਾਂ ਦਾ ਫਰਕ ਰੱਖਦੇ ਹੋਏ ਥੱਲੇ ਨੂੰ ਲੈ ਕੇ ਆਉਣਾ ਹੈ ਹੁਣ ਦੇਖੋ ਇਸ ਕਰਕੇ ਜੋ ਹੈ ਪੱਲਾ ਜਿਹੜਾ ਪ ਹੁਣ ਇਹ ਵਾਲਾ ਪਿੰਚ ਜਿੱਥੇ ਪਹਿਲਾਂ ਪਿੰਚ ਲੱਗਾ ਸੀ ਆਲਮੋਸਟ ਉਸੇ ਜਗ੍ਹਾ ਤੇ ਪਿੰਚ ਲਗਾਉਣਾ ਹੈ ਤੇ ਜਿੱਥੇ ਪਿੰਚ ਲਗਾਇਆ ਸੀ ਉਸ ਤੋਂ ਜਿਹੜਾ ਇੱਕ ਉਂਗਲ ਉੱਚਾ ਪਿੰਚ ਲਗਾਵਾਂਗੇ ਇਸ ਤਰੀਕੇ ਦੇ ਨਾਲ ਬਸ ਭੱਲੇ ਨੂੰ ਉੱਪਰੋਂ ਚੋਕੇ ਰੱਖ ਦੇਣਾ ਹੈ ਇਸ ਤਰੀਕੇ ਦੇ ਨਾਲ ਦੇਖੋ ਟਕਾ ਕੇ ਤੇ ਉੱਪਰਲੀ ਸਾਈਡ ਤੋਂ ਜਿਹੜਾ ਪੱਗ ਨੂੰ ਅੰਦਰ ਨੂੰ ਫੋਲਡ ਕਰ ਲਿਆ ਕਰੋ ਜੇ ਨਹੀਂ ਫੋਲਡ ਕਰੋਗੇ ਉੱਪਰਲੀ ਸਾਈਡ ਤੋਂ ਵੀ ਪੱਗ ਨੂੰ ਤੇ ਉਸ ਦੇ ਨਾਲ ਕੀ ਜਿਹੜੀ ਪੱਗੇ ਦਾ ਡੀਸੇਰ ਵੱਲੋਂ ਦਿਖ ਜੇਗੀ ਤੇ ਜਿਹੜੀ ਉੱਚੀ ਜੀ ਪੱਗ ਲੱਗਦੀ ਹੈ ਫਰੰਟ ਸਾਈਡ ਤੋਂ ਕੀ ਚੁੱਕੀ ਜੀ ਗਈ ਹੈ ਪੱਗ ਜਾਂ ਉਸੇ ਇਸੇ ਕਰਕੇ ਲੱਦੀ ਹੈ ਕਿ ਉੱਪਰਲੀ ਸਾਈਡ ਤੋਂ ਜਿਹ ਹਾਂ ਦੇਖੋ ਵਾਟ ਜਿਹੜੇ ਨੇ ਉਹਨਾਂ ਨੂੰ ਫਰੋਲਣਾ ਲਾਜ਼ਮੀ ਹੈ ਹਰੇਕ ਭੱਲੇ ਦੇ ਵਿੱਚ ਜਿਹੜੇ ਵਾਟ ਐ ਅਸੀਂ ਪਾਵਾਂਗੇ ਤੇ ਹਰੇਕ ਭੱਲੇ ਦੇ ਵਿੱਚ ਜਿਹੜੇ ਵਾਟ ਐ ਉਹਨਾਂ ਨੂੰ ਫਰੋਲਾਂਗੇ ਵੀ ਨਾਲ ਦੀ ਨਾਲ ਹੀ ਜਦੋਂ ਤੱਕ ਤੁਸੀਂ ਵਟਾਂ ਨੂੰ ਫਰੋਲਦੇ ਜਾਓਗੇ ਉਦੋਂ ਤੱਕ ਜਿਹੜੀ ਉਹਨਾਂ ਦੀ ਵਿਜ਼ਿਬਿਲਟੀ ਆਫ ਵਾਦੀ ਰਹੇਗੀ ਉਹ ਗੱਲ ਅਲੱਗ ਹੈ ਕਿ ਜਿਹੜੇ ਵਾਟ ਐ ਉਹਨਾਂ ਨੂੰ ਅਖੀਰ ਤੱਕ ਸੰਗਣੇ ਕਰਨਾ ਜਾਂ ਨਹੀਂ ਕਰਨਾ ਉਹ ਤੁਹਾਡੇ ਉੱਪਰ ਡਿਪੈਂਡ ਕਰਦਾ ਹੈ ਪਰ ਜਿਹੜੇ ਵਾਟ ਐ ਉਹਨਾਂ ਨੂੰ ਜਦੋਂ ਤੱਕ ਤੁਸੀਂ ਫਰੋਲੋਗੇ ਨਹੀਂ ਉਹਨਾਂ ਤੱਕ ਜਿਹੜੇ ਵਾਟ ਦਿਖਾਈ ਨਹੀਂ ਦੇਣੇ ਤੁਹਾਡੀ ਪਾਕ ਦੇ ਵਿੱਚ ਹੁਣ ਜਿਹੜੇ ਜ਼ਿਆਦਾ ਸੰਗਣੇ ਵਟ ਨੇ ਉਹਨਾਂ ਦੀ ਵੀਡੀਓ ਦੋ ਦਿ ਦੇਖੋ ਇਸੇ ਤਰੀਕੇ ਦੇ ਨਾਲ ਫਿਰ ਤੋਂ ਜਿਹੜੀ ਪੂਣੀ ਹੈ ਬਾਹਰ ਵਾਲੀ ਸਾਈਡ ਜਿਹੜੀ ਹੈ ਜ਼ਿਆਦਾ ਖੁੱਲੀ ਗਈ ਹੈ ਅੰਦਰ ਵਾਲੀ ਸਾਈਡ ਤੋਂ ਹੁਣ ਜਿਹੜੀ ਇਹ ਵਾਲੀ ਪੂਣੀ ਹੈ ਕੰਨ ਤੋਂ ਥੱਲੇ ਤੱਕ ਖੋਲ ਲੈਣੀ ਹੈ ਸੱਜੀ ਸਾਈਡ ਤੋਂ ਹੀ ਦੇਖੋ ਜੀ ਉੱਪਰ ਵਾਲੀ ਸਾਈਡ ਤੋਂ ਪਹਿਲਾਂ ਪੂਣੀ ਨੂੰ ਸੈੱਟ ਕਰੀਦਾ ਸੱਜੀ ਸਾਈਡ ਤੋਂ ਤੇ ਉਸ ਦੇ ਬਾਅਦ ਜਿਹੜਾ ਅੱਖ ਵਾਲੀ ਸਾਈਡ ਨੂੰ ਲੈ ਕੇ ਜਾਂਦਾ ਪੱਲੇ ਨੂੰ ਅੱਖ ਵਾਲੀ ਸਾਈਡ ਤੋਂ ਜਿਹੜਾ ਸੈੱਟ ਕਰੀਦਾ ਦੇਖੋ ਪੱਲੇ ਦੇ ਵਿੱਚ ਹੱਥ ਮਾਰ ਕੇ ਦਿਖਾਇਆ ਗਿਆ ਕਿ ਪੱਲਾ ਜਿਹੜਾ ਪੂਰਾ ਪਤਲਾ ਹੈ ਇਸੇ ਕਰਕੇ ਪਤਲਾ ਹੈ ਕਿਉਂਕਿ ਜਿਹੜੀ ਪੂਣੀ ਹੈ ਬਾਹਰ ਵਾਲੀ ਆਪਾਂ ਸਿੰਗਲ ਪੂਣੀ ਰੱਖੀ ਹੈ ਸਿੰਗਲ ਪੂਣੀ ਦਾ ਫਾਇਦਾ ਹੈ ਹ ਸੋ ਇਸ ਤਰੀਕੇ ਦੇ ਨਾਲ ਵੱਟ ਪੈ ਜਾਂਦੇ ਨੇ ਹੁਣ ਦੇਖੋ ਇਸ ਨੂੰ ਜਿਹੜਾ ਅੱਖਾਂ ਤੱਕ ਅੱਖ ਤੱਕ ਖੋਲਦੇ ਆ ਥੋੜਾ ਜਿਹਾ ਅੱਗੇ ਪਿੰਚ ਲਗਾਵਾਂਗੇ ਜਿੱਥੇ ਪਹਿਲਾਂ ਪਿੰਚ ਲੱਗਾ ਸੀ ਤੇ ਉੱਪਰਲੀ ਸਾਈਡ ਤੋਂ ਵੀ ਜਿਹੜਾ ਇੱਕ ਉਂਗਲ ਉੱਚਾ ਪਿੰਚ ਲਗਾਵਾਂਗੇ ਇਸ ਤਰੀਕੇ ਦੇ ਨਾਲ ਤੁਸੀਂ ਮੈਜਰ ਕਰ ਸਕਦੇ ਹੋ ਕਿ ਜਿੱਥੇ ਲਗਾਉਣਾ ਹੈ ਪਿੰਚ ਜਿਹੜੇ ਵੀਰਾਂ ਨੂੰ ਪਿੰਚ ਪ੍ਰੋਬਲਮ ਆਉਂਦੀ ਹੈ ਕਿ ਪਿੰਚ ਲਗਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਉਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜੇਗਾ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਜਿਹੜੇ ਵੀਰਾਂ ਨੂੰ ਬੈਕ ਸਾਈਡ ਤੋਂ ਸਮਝ ਨਹੀਂ ਲੱਗਦੀ ਕਿ ਪੱਲੇ ਕਿਵੇਂ ਟਿਕਾਉਣੇ ਨੇ ਬੈਕ ਸਾਈਡ ਤੋਂ ਕਿ ਜਿਹੜੀ ਸ਼ੇਪ ਹੈ ਉਹ ਦੇਖੋ ਇਸ ਤਰੀਕੇ ਦੇ ਨਾਲ ਜਿਹੜੇ ਵਟ ਪਾ ਕੇ ਤੇ ਉਹਨਾਂ ਨੂੰ ਥੱਲੇ ਵੱਲ ਨੂੰ ਵੀ ਖਿੱਚਣਾ ਲਾਜ਼ਮੀ ਹੈ। ਜੋ ਤੱਕ ਤੁਸੀਂ ਥੱਲੇ ਵੱਲ ਨੂੰ ਵਟ ਖਿੱਚਦੇ ਜਾਓਗੇ ਉਹ ਤੱਕ ਜਿਹੜੇ ਵਟ ਤੁਹਾਡੇ ਉਹ ਜਿਹੜੇ ਪੱਗ ਦੇ ਵਿੱਚ ਜ਼ਿਆਦਾ ਵੀ ਦਿਖਾਈ ਦੇਣਗੇ ਕਿਉਂਕਿ ਜਿਹੜੇ ਵਟ ਉੱਪਰਲੀ ਸਾਈਡ ਤੇ ਨੇ ਉਹ ਵਾਲੇ ਜਿਹੜੇ ਵਟ ਹੈ ਉਹ ਤਾਂ ਇਸ ਤੋਂ ਅਗਲੇ ਪੱਲੇ ਦੇ ਵਿੱਚ ਟੱਕੇ ਜਾਂਦੇ ਨੇ ਇਸ ਕਰਕੇ ਜਿਹੜੇ ਉਹ ਵਾਲੇ ਵਟ ਹੈ ਉਹਨਾਂ ਨੂੰ ਵੀ ਖਿੱਚ ਕੇ ਥੱਲੇ ਨੂੰ ਲਿਆਇਆ ਕਰੋ ਤਾਂ ਜੋ ਜਿਹੜੇ ਉਹ ਵਾਲੇ ਵਟ ਆ ਉਹ ਵੀ ਜਿਹੜੀ ਹੈ ਦਿਖਾਈ ਦੇਣ ਪੱਗ ਦੇ ਵਿੱਚ। ਤੇ ਕੋਸ਼ਿਸ਼ ਨਹੀਂ ਵਟਾਂ ਵਾਲੀ ਪੱਗ ਬੰਨ੍ਹਦੇ ਸਮੇਂ ਇਹੀ ਕਰਨੀ ਹੈ ਕਿ ਜਿਹੜੀ ਪੱਗ ਹੈ ਉਹ ਜ਼ਿਆਦਾ ਟਾਈਟ ਨਹੀਂ ਬਨਣੀ। ਤੇ ਜਿਆਦਾ ਢਿੱਲੀ ਵੀ ਨਹੀਂ ਬਣਣੀ ਸਿਰਫ ਨੋਰਮਲ ਜੀ ਪੱਗ ਬਣਣੀ ਹੈ ਇਹ ਜਿਹੜੀ ਪੱਗ ਹੈ ਉਹ 7.5 ਮੀਟਰ ਲੈਂਥ ਹੈ ਤੇ ਰੂਬੀਆ ਵੈਲ ਕਪੜੀ ਦੀ ਪੱਗ ਹੈ ਜਲਦੀ ਹੀ ਅਸੀਂ ਇਹ ਵੀ ਤੁਹਾਨੂੰ ਦੱਸਾਂਗੇ ਕਿ ਰੂਬੀਆ ਵੈਲ ਦੀ ਪੱਗ ਸਹੀ ਹੁੰਦੀ ਹੈ ਜਾਂ ਫੁੱਲ ਵੈਲ ਦੀ ਪੱਗ ਥੋੜੇ ਦਿਨਾਂ ਤੱਕ ਉਹ ਵਾਲੀ ਵੀਡੀਓ ਵੀ ਅਸੀਂ ਅਪਲੋਡ ਕਰ ਦੇਵਾਂਗੇ ਚੈਨਲ ਤੋਂ ਜਿਹੜੇ ਵੀ ਨਵੇਂ ਜੁੜੇ ਨੇ ਚੈਨਲ ਨਾਲ ਇੱਥੋਂ ਤੱਕ ਪਹੁੰਚੋਗੇ ਨੇ ਵੀਡੀਓ ਨੂੰ ਦੇਖਦੇ ਆ ਉਹ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਜਿਹੜੇ ਵੱਤ ਵਤ ਸ਼ੇਅਰ ਕਰਨ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਤਾਂ ਜੋ ਜਿਹੜੀ ਹੈ ਪੱਗ ਦੇ ਪ੍ਰੇਮੀ ਉਹਨਾਂ ਤੱਕ ਵੀਡੀਓ ਵਾਧ ਰੱਖ ਰਹੇ ਆ ਅੰਦਰ ਵਾਲੀ ਸਾਈਡ ਤੋਂ ਇਸ ਦੇ ਨਾਲ ਜਿਹੜੀ ਸੱਜੀ ਸਾਈਡ ਦੀ ਸ਼ੇਪ ਹੈ ਉਹ ਵੀ ਸਹੀ ਹੁੰਦੀ ਹੈ ਦੇਖੋ ਜੀ ਫਲਾਵਟ ਆ ਰਹੀ ਹੈ ਸੱਜੀ ਸਾਈਡ ਦੀ ਸ਼ੇਪ ਦੇ ਵਿੱਚ ਵੀ ਜਿਹੜਾ ਖੱਬੀ ਸਾਈਡ ਦੇ ਵਿੱਚ ਜਿਹੜੇ ਵੱਟਾਂ ਵਾਲੀ ਸਾਈਡ ਤੇ ਜਦੋਂ ਜਿਹੜੇ ਵੀਰਾਂ ਦਾ ਪੱਲਾ ਮੋਟਾ ਜਾਂਦਾ ਹੈ ਆਖਰੀ ਦੋ ਲੜਾਂ ਦੇ ਵਿੱਚ ਵੀਰਾਂ ਨੂੰ ਦਿੱਕਤ ਆਉਂਦੀ ਏ ਕਿ ਉਹਨਾਂ ਦਾ ਜਿਹੜਾ ਪੱਲਾ ਹੈ ਉਹ ਮੋਟਾ ਰਹਿੰਦਾ ਹੈ ਵੱਟਾਂ ਵਾਲੀ ਸਾਈਡ ਨੂੰ ਜਿੱਥੇ ਵੱਟ ਪਾਈਦੇ ਨੇ ਉਹ ਇਸੇ ਕਰਕੇ ਰਹਿੰਦਾ ਹੈ ਕਿਉਂਕਿ ਜਿਹੜਾ ਉਹ ਬਾਹਰ ਵਾਲੀ ਸਾਈਡ ਨੂੰ ਜ਼ਿਆਦਾ ਖੋਲਦੇ ਨਹੀਂ ਆ ਉਹਨੂੰ ਜਿਹੜਾ ਚਾਰਮੁਲਾ ਵੱਧ ਖੋਲੋਗੇ ਜਿਹੜੀ ਬਾਹਰ ਵਾਲੀ ਪੂਣੀ ਹੈ ਸਿੰਗਲ ਪੂਣੀ ਰਹੇਗੀ ਪਤਲੀ ਹੋਏਗੀ ਤੇ ਜਦੋਂ ਵੱਟ ਪਾਓਗੇ ਵੱਟ ਪਾਉਣ ਦੇ ਬਾਅਦ ਵੱਟਾਂ ਵਾਲੀ ਸਾਈਡ ਤੇ ਜਦੋਂ ਪੱਗ ਜਾਏਗੀ ਦੇਖੋ ਇਸ ਤਰੀਕੇ ਨਾਲ ਪਿੰਚ ਲੱਗਣ ਦੇ ਬਾਅਦ ਜਿਹੜੀ ਵੱਟਾਂ ਵਾਲੀ ਸਾਈਡ ਤੇ ਗਈ ਦੇਖੋ ਕਿੰਨੀ ਪਤਲੀ ਜਿਹੜੀ ਹੈ ਤੈਹ ਜਾ ਰਹੀ ਏ ਪੂਣੀ ਦੀ ਉਵੇਂ ਸੇ ਕਰਕੇ ਜਾ ਰਹੀ ਹੈ ਕਿਉਂਕਿ ਜਿਹੜਾ ਬਾਹਰ ਵਾਲੀ ਸਾਈਡ ਤੇ ਸਿੰਗਲ ਸੀ ਉਹ ਪਤਲੀ ਸੀ ਉਸ ਦੇ ਕਾਰਨ ਜੋ ਹੈ ਵੱਟ ਆਰਾਮ ਦੇ ਨਾਲ ਪਏ ਵੀ ਆ ਵੱਟ ਜਿਆਦਾ ਵੀ ਪਏ ਆ ਤੇ ਜਿਹੜੇ ਆ ਪਤਲੇ ਵੀ ਪਏ ਆ ਤੇ ਮੋਟਾ ਪੱਲਾ ਨਹੀਂ ਦਿਖਾਈ ਦੇ ਰਿਹਾ ਜਿਹੜੇ ਵੀਰਾਂ ਨੂੰ ਇਹ ਚੀਜ਼ ਸਮਝ ਆ ਗਈ ਹੈ ਕਮੈਂਟ ਕਰਕੇ ਜਰੂਰ ਦੱਸ ਦੇਣ ਜਿਹੜੇ ਵੀਰਾਂ ਨੂੰ ਅਜੇ ਵੀ ਸਮਝ ਨਹੀਂ ਆਈ ਉਹ ਵੀ ਕਮੈਂਟ ਕਰਕੇ ਜਰੂਰ ਦੱਸਣ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵਿੱਚ ਉਹਨਾਂ ਦੀ ਉਹ ਵੀ ਦਿੱਕਤ ਹੈ ਉਹ ਵੀ ਦੂਰ ਕੀਤੀ ਜਾਵੇ ਵੈਸੇ ਅਸੀਂ ਸੋਚਿਆ ਕਿ ਇਸ ਟੌਪਿਕ ਉੱਪਰ ਵੀ ਜਿਹੜੀ ਵੀਡੀਓ ਡਿਟੇਲ ਦੇ ਵਿੱਚ ਕਵਰ ਕੀਤੀ ਜਾਵੇਗੀ ਜਲਦੀ ਹੀ ਜਿਹੜੀ ਇਹ ਵਾਲੀ ਵੀਡੀਓ ਵੀ ਅਪਲੋਡ ਕਰ ਦਵਾਂਗੇ ਹੁਣ ਦੇਖੋ ਇਸ ਤਰੀਕੇ ਨਾਲ ਜਿਹੜੀ ਪਾਗ ਹੈ ਪੱਗ ਦੀ ਜਿਹੜੀ ਸ਼ੇਪ ਹੈ ਫਰੰਟ ਸਾਈਡ ਤੋਂ ਵੀ ਦੱਬਣਾ ਜ਼ਰੂਰੀ ਤੇ ਉੱਪਰ ਵਾਲੀ ਸਾਈਡ ਤੋਂ ਹੁਣ ਦੱਬਣਾ ਹੈ ਪੰਜਵੇਂ ਤੇ ਛੇਵੇਂ ਪੱਲੇ ਦੇ ਵਿੱਚ ਕਿਉਂਕਿ ਜਿਹੜੀ ਪੱਗ ਦੀ ਸ਼ੇਪ ਹੈ ਗੋਲ ਬਣਾਉਣੀ ਹੈ ਇਹ ਵਾਲੇ ਪੱਲਿਆਂ ਦੇ ਵਿੱਚ ਜਿਹੜਾ ਫੜ ਕੇ ਫਰਕ ਹੈ ਉਹ ਤਿੰਨ ਉਂਗਲਾਂ ਦਾ ਫਰਕ ਰੱਖਾਂਗੇ ਆਪਾਂ ਥੱਲੇ ਵਾਲੇ ਪੱਲੇ ਦੇ ਵਿੱਚ ਜਿਵੇਂ ਇੱਕ ਜਾਂ ਦੋ ਉਂਗਲਾਂ ਦਾ ਫਰਕ ਰੱਖ ਰਹੇ ਸੀ ਇਹ ਵਾਲੇ ਪੱਲਿਆਂ ਦੇ ਵਿੱਚ ਜਿਹੜਾ ਤਿੰਨ ਉਂਗਲ ਦਾ ਫਰਕ ਰੱਖਣਾ ਹੈ ਕਿਉਂਕਿ ਜਿਹੜੀ ਪੱਗ ਦੀ ਸ਼ੇਪ ਹੈ ਉਸ ਨੂੰ ਥੋੜਾ ਗੋਲਕ ਸ਼ੇਪ ਦੇ ਵਿੱਚ ਲੈਣਾ ਹੈ ਉਮੀਦ ਕਰਦਾ ਕਿ ਜਿਹੜੀ ਕੈਨੇਡਾ ਵਾਲੇ ਲੋ ਹੁਣ ਦੇਖੋ ਫਿਰ ਤੁਸੀਂ ਇਸੇ ਤਰੀਕੇ ਦੇ ਨਾਲ ਜਿਹੜੀ ਉੱਪਰ ਵਾਲੀ ਸਾਈਡ ਤੋਂ ਪੱਗ ਨੂੰ ਪਹਿਲਾਂ ਸੈੱਟ ਕਰ ਰਹੇ ਆ। ਠੀਕ ਹੈ ਜੀ। ਉਸ ਦੇ ਬਾਅਦ ਜੋ ਹੈ ਅੱਖ ਵਾਲੀ ਸਾਈਡ ਤੋਂ ਐਂ ਸੈੱਟ ਕਰ ਦਿੰਦੇ ਹੁਣ ਦੇਖੋ ਇਹ ਵਾਲੀ ਚੀਜ਼ ਜਿਹੜੀ ਕਹਿ ਰਿਹਾ ਸੀ ਮੈਂ ਦੋ ਦੋ ਉਂਗਲਾਂ ਦਾ ਗੈਪ ਕਿ ਦੋ ਦੋ ਉਂਗਲਾਂ ਦਾ ਗੈਪ ਰੱਖ ਦਿਓ ਤੁਸੀਂ ਪੱਲੇ ਨੂੰ ਥੱਲੇ ਨੂੰ ਲੈ ਕੇ ਆਉਣਾ ਹੈ। ਇਸ ਦੇ ਨਾਲ ਜਿਹੜੀ ਤੁਹਾਡੀ ਪੱਗ ਦੀ ਸ਼ੇਪ ਆ ਉਹ ਪਟਿਆਲਾ ਸ਼ਾਹੀ ਪੱਟਾ ਵਾਲੀ ਪੱਗ ਦੀ ਸ਼ੇਪ ਆਏਗੀ। ਤੇ ਮੈਂ ਉਮੀਦ ਕਰਦਾ ਕਿ ਜਿਹੜੇ ਕੈਨੇਡੀਅਨ ਲੜ ਨੇ ਕੈਨੇਡੀਅਨ ਜਿਹੜੇ ਪੰਜਾਬੀ ਨੇ ਕੈਨੇਡੀਅਨ ਪੰਜਾਬੀ ਉਹਨਾਂ ਦੀ ਜਿਹੜੀ ਹੈ ਮੰਗ ਸੀ ਉਹ ਪੂਰੀ ਉਤਰੇਗੀ ਇਸ ਵੀਡੀਓ ਦੇ ਥਰੂ ਹੁਣ ਦੇਖੋ ਅਖੀਰਲਾ ਲੜ ਇਸ ਤਰੀਕੇ ਦੇ ਨਾਲ ਲਗਾਣਾ ਹੈ ਅਸੀਂ ਪਿੰਚ ਲਗਾਵਾਗੇ ਨੱਕ ਦੀ ਸੇਧ ਤੋਂ ਜਿਹੜਾ ਇਸ ਦਾ ਪਿੰਚ ਲੱਗੇਗਾ ਜੀ ਫਿਰ ਤੋਂ ਦੇਖ ਲਓ ਇਸ ਤਰੀਕੇ ਦੇ ਨਾਲ ਨੱਕ ਦੀ ਸੇਧ ਤੋਂ ਜਿਹੜਾ ਪਿੰਚ ਲਗਾਵਾਂਗੇ ਇਸ ਤਰੀਕੇ ਨਾਲ ਪਿੰਚ ਨਹੀਂ ਲੱਗੇਗਾ ਸਿਰਫ ਅੰਗੂਠੇ ਦੇ ਨਾਲ ਅੰਦਰ ਨੂੰ ਪੱਲੇ ਨੂੰ ਟਵਿਸਟ ਕਰ ਦੇਣਾ ਹੁਣ ਇਹ ਵਾਲੇ ਪੱਲੇ ਦੇ ਵਿੱਚ ਕਪੜਾ ਕਟੌਣ ਕਰਕੇ ਜਿਹੜਾ ਹੈ ਇਸ ਦੇ ਵਿੱਚ ਜਿਹੜੇ ਵਟ ਘਟ ਪੈਂਦੇ ਨੇ ਇਸ ਪੱਲੇ ਦੇ ਵਿੱਚ ਪਰ ਤੁਸੀਂ ਕੋਸ਼ਿਸ਼ ਕੀ ਕਰਨੀ ਹੈ ਕਿ ਇਸ ਪੱਲੇ ਦੇ ਵਿੱਚ ਜਿਹੜੇ ਇੱਕ ਜਾਂ ਦੋ ਵਟ ਪਾਉਣੇ ਨੇ ਇਹ ਪੱਲਾ ਜਿਹੜਾ ਸਾਫ਼ ਨਹੀਂ ਜਾਂਦਣਾ ਇਸ ਤਰੀਕੇ ਦੇ ਨਾਲ ਇੱਕ ਜਾਂ ਦੋ ਵਟ ਪਾ ਲੋਗੇ ਉਸ ਦੇ ਨਾਲ ਜਿਹੜੀ ਤੁਹਾਡੀ ਪੱਗ ਦੀ ਸ਼ੇਪ ਹੈ ਤੇ ਜਿਹੜੀ ਪੱਗ ਦੇ ਲੋਕ ਆ ਉਹ ਸਹੀ ਦਿਖਾਈ ਦੇਗੀ ਹੁਣ ਜਿਹੜਾ ਨਾਲ ਦੀ ਨਾਲ ਦੇਖੋ ਸੀ ਹੱਥਾਂ ਦੀ ਵਰਤੋਂ ਵੀ ਕਰ ਰਹੇ ਹਾਂ ਉਂਗਲਾਂ ਦੀ ਵਰਤੋਂ ਉੱਪਰਲੀ ਸਾਈਡ ਤੋਂ ਵੀ ਸੱਜੀ ਸਾਈਡ ਤੋਂ ਵੀ ਖੱਬੀ ਸਾਈਡ ਤੋਂ ਜਿਹੜੀ ਪੱਗ ਪੂਣੀ ਦੇ ਨਾਲ ਨਾਲ ਤੁਹਾਨੂੰ ਜਿੰਨਾ ਤੁਸੀਂ ਹੱਥ ਚਲਾਓਗੇ ਪੱਗ ਦੇ ਉੱਪਰ ਉਨੀ ਜੜੀ ਹੈ ਤੁਹਾਡੀ ਪੱਗ ਨਿੱਖਰ ਕੇ ਸਾਹਮਣੇ ਆਉਂਦੀ ਹੈ ਇਸ ਕਰਕੇ ਜਿਹੜੀ ਹੈ ਸਿਰਫ ਇਹੀ ਨਹੀਂ ਹੁੰਦਾ ਕਿ ਜਿਹੜੀ ਤੁਹਾਡੀ ਪੂਣੀ ਕਰਨੀ ਤੁਹਾਨੂੰ ਜਾਚ ਆ ਗਈ ਹੈ ਜਾਂ ਤੁਹਾਡਾ ਬੇਸ ਸਹੀ ਬੱਜ ਗਿਆ ਤੇ ਜਿਹੜੀ ਤੁਹਾਡੀ ਪੱਗ ਸਹੀ ਬੱਜੇਗੀ ਤੁਹਾਨੂੰ ਜਿੰਨਾ ਦਾਕਰ ਤੁਸੀਂ ਹੱਥ ਨਹੀਂ ਚਲਾਪ ਆਉਂਦੇ ਸਹੀ ਤਰ੍ਹਾਂ ਪੱਗ ਦੇ ਉੱਪਰ ਉਦੋਂ ਤੱਕ ਜਿਹੜੀ ਪੱਗ ਤੁਹਾਡੀ ਸਹੀ ਨਹੀਂ ਚੱਲੇਗੀ ਹੁਣ ਦੇਖੋ ਇਸ ਤਰੀਕੇ ਦੇ ਨਾਲ ਅਖੀਲਾ ਲੜ ਲਗਾਉਣਾ ਹੈ ਇਹ ਵਾਲਾ ਲੜ ਤੁਸੀਂ ਆਪਣੀ ਮਰਜ਼ੀ ਦੇ ਨਾਲ ਚਾਹੇ ਤਾਂ ਮੋਰਨੀ ਲੜ ਲਗਾਓ ਚਾਹੇ ਸਿੱਧਾ ਲੜ ਲਗਾਓ ਅਸੀਂ ਜਿਹੜਾ ਤੁਹਾਨੂੰ ਸਿੱ ਇਸ ਤਰੀਕੇ ਦੇ ਨਾਲ ਦੇਖੋ ਜਿਹੜਾ ਜਿਆਦਾ ਲੜ ਨਹੀਂ ਖੋਲਣਾ ਤੇ ਜਿੱਥੇ ਪਿਛਲਾ ਪਿੰਚ ਲਗਾਇਆ ਸੀ ਉਹ ਵਾਲੀ ਜਗ੍ਹਾ ਤੋਂ ਜੋ ਹੈ ਥੋੜਾ ਜਿਹਾ ਅਸਰਾ ਲੈ ਕੇ ਹੋਲੀ ਜਗ੍ਹਾ ਤੋਂ ਤੇ ਇਹ ਵਾਲਾ ਲੜ ਜਿਹੜਾ ਸਿੱਧਾ ਲਗਾ ਲੈਣਾ ਤੇ ਉੱਪਰ ਜਿਹੜਾ ਵਾਧੂ ਕਪੜਾ ਟਕਾ ਦੇਣਾ ਹੈ ਉੱਪਰ ਜੋ ਵਾਧੂ ਕਪੜਾ ਟਕਾਉਣ ਦੇ ਬਾਅਦ ਜਿਹੜੀ ਛੱਤ ਨੂੰ ਕਵਰ ਕਰ ਕਰਨਾ ਛੱਤ ਨੂੰ ਜੋ ਹੈ ਕਵਰ ਕਰ ਲੈਣਾ ਛੱਤ ਨੂੰ ਕਵਰ ਕਰਨ ਲੱਗਿਆ ਜਿਹੜੀ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜੀ ਹੈ ਜਿਆਦਾ ਕੱਸ ਕੇ ਛੱਤ ਆਪਣਾ ਕਵਰ ਨਹੀਂ ਕਰਨੀ ਬੈਕ ਸਾਈਡ ਤੇ ਜਿਹੜੀ ਲੂਪੀ ਹੁੰਦੀ ਹੈ ਉਸ ਨੂੰ ਜਿਆਦਾ ਜ਼ੋਰ ਦੀ ਨਾ ਖਿੱਚਣਾ ਤਾਂ ਜਿਹੜੀ ਫਰੰਟ ਸਾਈਡ ਦੀ ਜਿਹੜੀ ਪਾਗ ਹੈ ਤੁਹਾਡੀ ਚੱਕੀ ਨਾ ਜਾਵੇ ਉੱਪਰੋਂ ਕਾਫੀ ਵੀਡੀਓ ਦੇ ਵਿੱਚ ਪਹਿਲਾਂ ਵੀ ਦੱਸਿਆ ਗਿਆ ਹੈ ਕਿਹੜੀ ਛੱਤ ਕਿਵੇਂ ਕਵਰ ਕਰਨੀ ਹੁੰਦੀ ਹੈ ਛੱਤ ਨੂੰ ਕਵਰ ਕਰਨ ਦੇ ਬਾਅਦ ਜਿਹੜੀਆਂ ਕਮੀਆਂ ਪੇਸ਼ ਆਣ ਪਗਦੀਆਂ ਉਸ ਨੂੰ ਦੂਰ ਕਰ ਲੈਣਾ ਬਾਜ ਦੀ ਵਰਤੋਂ ਦੇ ਨਾਲ ਠੀਕ ਹੈ ਜੀ ਜਿਹੜੀ 50 ਹੈ ਉਸ ਨੂੰ ਸੈੱਟ ਕਰ ਲੈਣਾ ਜਿੱਥੋਂ ਤੁਹਾਨੂੰ ਪਾਗ ਢੇਲੀ ਦਿਖਾਈ ਦੇਵੇ ਉੱਥੋਂ ਟਾਈਟ ਕਰ ਸਕਦੇ ਜੇ ਜਿੱਥੋਂ ਤੁਹਾਨੂੰ ਟਾਈਟ ਦਿਖਾਈ ਦੇਵੇ ਉੱਥੋਂ ਜੋ ਪਾਗ ਨੂੰ ਢੇਲੀ ਕਰ ਸਕਦੇ ਹੋ ਇਸ ਦੇ ਬਾਅਦ ਜਿਹੜੇ ਵਾਟੇ ਥੋੜੇ ਜੇ ਤੁਹਾਨੂੰ ਸੰਗਣੇ ਘੱਟ ਦਿਖਾਈ ਦੇ ਰਹੇ ਨੇ ਕਿਉਂਕਿ ਸੰਗਣੇ ਵੱਟ ਤੇ ਅਸੀਂ ਇਸ ਪੱਗ ਦੇ ਵਿੱਚ ਪਾਉਣਾ ਹੀ ਨਹੀਂ ਹੈ ਪਰ ਫਿਰ ਵੀ ਜੇ ਤੁਹਾਨੂੰ ਵੱਟ ਥੋੜੇ ਘੱਟ ਦਿਖਾਈ ਦੇਵੇ ਤਾਂ ਜਿਹੜੀ ਤੁਸੀਂ ਬਾਜ ਦੀ ਵਰਤੋਂ ਪੱਗ ਪੈੰਦੀ ਵਰਤੋਂ ਜਾਂ ਸੂਈ ਦੀ ਵਰਤੋਂ ਦੇ ਨਾਲ ਇਸ ਤਰੀਕੇ ਦੇ ਨਾਲ ਦੇਖੋ ਸੂਈ ਦੀ ਵਰਤੋਂ ਦੇ ਨਾਲ ਵਟ ਜਿਹੜੇ ਆ ਜਿੱਥੇ ਸਾਫ਼ ਆ ਪੱਗ ਤੁਹਾਨੂੰ ਦਿਖਾਈ ਦੇਵੇ ਉੱਥੇ ਤੁਸੀਂ ਫੇਰ ਸਕਦੇ ਹੋ ਇਹ ਦੇਖੋ ਜੀ ਤਿੱਖੀ ਸਾਈਡ ਤੋਂ ਹੀ ਅਸੀਂ ਕਰ ਰਹੇ ਹਾਂ ਤੁਸੀਂ ਜਿਹੜਾ ਪਹਿਲਾਂ ਕੋਸ਼ਿਸ਼ ਕਰਨੀ ਕਿ ਜਿਹੜੇ ਇਹ ਵਾਲੀ ਸਾਈਡ ਹੈ ਜਿਹੜੀ ਤਿੱਖੀ ਸਾਈਡ ਨਹੀਂ ਹੈ ਉਹ ਵਾਲੀ ਸਾਈਡ ਤੋਂ ਕਰਨੀ ਹੈ ਕਿਉਂਕਿ ਤਿੱਖੀ ਸਾਈਡ ਦੇ ਨਾਲ ਇਹ ਹੁੰਦਾ ਕਿ ਪੱਗ ਫਟਣ ਦਾ ਚਾਂਸ ਜ਼ਿਆਦਾ ਰਹਿੰਦਾ ਹੈ ਇਸ ਕਰਕੇ ਜਿਹੜੇ ਵੀਰਾਂ ਨੂੰ ਤਾਂ ਪੱਗ ਪੈਣ ਦੀ ਵਰਤੋਂ ਕਰਨੀ ਹੁੰਦੀ ਹੈ ਵਟਾਂ ਦੇ ਵਿੱਚ ਜਾਂ ਉਹ ਪਹਿਲਾਂ ਹੀ ਵਰਤੋਂ ਕਰਦੇ ਆ ਰਹੇ ਨੇ ਉਹ ਜਿਹੜੇ ਇਸ ਚੀਜ਼ ਦੀ ਵਰਤੋਂ ਕਰ ਲੈਣ ਜਿਹੜੇ ਵੀਰ ਅਜੇ ਨਵੇਂ ਨੇ ਉਹ ਜਿਹੜੇ ਪਹਿਲਾਂ ਬਾਜ ਦੀ ਵਰਤੋਂ ਕਰਨਾ ਸਿੱਖਣ ਵਟਾਂ ਦੇ ਵਿੱਚ ਉਸ ਦੇ ਬਾਅਦ ਹੀ ਜਿਹੜੀ ਹੈ ਸ ਸੋ ਮੈਂ ਉਮੀਦ ਕਰਦਾ ਜਿਹੜੀ ਵੀਡੀਓ ਤੁਹਾਡੇ ਲਈ کارਗਰ ਸਾਬਿਤ ਹੋਈ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਹੁੰਦਾ ਕਮੈਂਟ ਕਰਕੇ ਜਰੂਰ ਦੱਸਣਾ ਜਲਦੀ ਹੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਬਾਕੀ ਵੀਰਾਂ ਦੀ ਜੋ ਡਿਮਾਂਡ ਹੈ ਉਹ ਲੀਆਂ ਡਿਮਾਂਡਾਂ ਵੀ ਅਸੀਂ ਕਵਰ ਕਰ ਦਵਾਂਗੇ ਜਲਦੀ ਸੋ ਮੈਂ ਉਮੀਦ ਕਰਦਾ ਕਿ ਜਿਹੜੇ ਕੈਨੇਡੀਅਨ ਲਰਨਿੰਗ ਜਿਹੜੇ ਕੈਨੇਡੀਅਨ ਪੰਜਾਬੀ ਨੇ ਉਹਨਾਂ ਦੀ ਜੋ ਮੰਗਿਆ ਉਹ ਪੂਰੀ ਖਰੀ ਉਤਰੀ ਹੋਵੇਗੀ ਜਲਦੀ ਹੀ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ